ਅਸੀਂ ਇਸ ਵੇਲੇ ਮੌਜੂਦ ਹਾਂ ਕੈਨੇਡਾ ਦੇ ਸਪੋਰਟਸ ਸਟੇਡੀਅਮ ਸ਼ਾਹਕੋਟ ਦੇ ਵਿੱਚ ਜਿੱਥੇ ਛੱਟਾ ਗੁਰੂ ਨਾਨਕ ਦੇਵ ਜੀ ਵਰਲਡ ਕੱਪ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਹੈ। ਪਹਿਲੇ ਜਿਹੜਾ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਦੱਸਿਆ ਸੀ ਕਿ ਪਹਿਲੇ ਦੋ ਟੂਰਨਾਮੈਂਟ ਨਨਕਾਣਾ ਸਾਹਿਬ ਦੇ ਵਿੱਚ ਹੋਏ ਫਿਰ ਤਿੰਨ ਫੈਸਲਾਬਾਦ ਦੇ ਵਿੱਚ ਹੋਏ। ਇਹ ਛੱਟਾ ਜਿਹੜਾ ਟੂਰਨਾਮੈਂਟ ਸੀ ਕਬੱਡੀ ਦਾ ਇਹ ਆਜ਼ਾਦ ਨਨਕਾਣਾ ਸਾਹਿਬ ਦੀ ਤਹਿਸੀਲ ਸ਼ਾਹਕੋਟ ਨੂੰ ਹਾਸਲ ਹੋਇਆ। ਜਿਸ ਤਰ੍ਹਾਂ ਟੂਰਨਾਮੈਂਟ ਦਾ ਆਗਾਜ਼ ਕਬੱਡੀ ਦਾ ਹੋ ਚੁੱਕਾ ਹੈ ਤੇ ਲੋਕਾਂ ਦੇ ਜੰਮੇ ਗਫੀਰ ਵੀ ਸਟੇਡੀਅਮ ਦੇ ਵਿੱਚ ਭਰਿਆ ਹੋਇਆ ਹੈ। ਸਾਡੇ ਨਾਲ ਇਸ ਟੂਰਨਾਮੈਂਟ ਦੇ ਮਹਿਮਾਨ ਨੇ ਸੁਸੀ ਮਾਰੂਫ ਸਮਾਜੀ ਤਹਿਰੀਕ ਇਨਸਾਫ ਯੂਥ ਵਿੰਗ ਦੇ ਸਦਰ ਮੀਆਂ ਉਸਮਾਨ ਸਰਵਰ ਸਾਹਿਬ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੀਆਂ ਸਾਹਿਬ, ਕਬੱਡੀ ਦਾ ਟੂਰਨਾਮੈਂਟ ਸ਼ਾਹਕੋਟ ਦੇ ਵਿੱਚ ਪਹਿਲੀ ਦਫਾ ਵਰਲਡ ਟੂਰਨਾਮੈਂਟ ਹੋ ਰਿਹਾ ਹੈ, ਤੁਸੀਂ ਇਹਦੇ ਬਾਰੇ ਕੀ ਜਾਣਨਾ ਚਾਹੋਗੇ? ਬਿਸਮਿਲ੍ਲਾਹਿ ਰਹਿਮਾਨ ਰਹੀਮ। ਸਭ ਨਾਲੋਂ ਪਹਿਲੇ ਤਾਂ ਮੈਂ ਜਿਹੜੇ ਸਾਡੇ ਮਹਿਮਾਨ ਨੇ ਗ੍ਰਾਮੀ ਕੈਨੇਡਾ ਤੋਂ ਔਰ ਇੰਟਰਨੈਸ਼ਨਲ ਪਲੇਅਰ ਆਏ ਨੇ ਸ਼ਾਹਕੋਟ ਦੀ ਸਰਜ਼ਮੀਨ ਤੇ, ਮੈਂ ਉਹਨਾਂ ਨੂੰ ਖੁਸ਼ਾਮਦੀਦ ਕਹਿੰਦਾ ਵਾਂ। ਔਰ ਇਹ ਸ਼ਾਹਕੋਟ ਵਾਸਤੇ ਬੜਾ ਖਰਾਜੇ ਤਸੀਨ ਹੈ। ਮੈਂ ਇਹਨਾਂ ਸਾਰਿਆਂ ਨੂੰ ਸ਼ਾਹਕੋਟ ਵੱਲੋਂ ਵੀ ਖਰਾਜੇ ਤਸੀਨ ਪੇਸ਼ ਕਰਦਾ ਵਾਂ। ਔਰ ਇਹ ਸ਼ਾਹਕੋਟ ਵਾਸਤੇ ਬੜੇ ਇਜ਼ਾਜ਼ ਦੀ ਗੱਲ ਹੈ ਕਿ ਇੰਟਰਨੈਸ਼ਨਲ ਪਲੇਅਰ ਔਰ ਸ਼ਾਹਕੋਟ ਦੀ ਤਰੀਕ 'ਚ ਪਹਿਲਾ ਐਡਾ ਵੱਡਾ ਕਬੱਡੀ ਦਾ ਟੂਰਨਾਮੈਂਟ ਜਿਹੜਾ ਆਰਗਨਾਈਜ਼ ਹੋਇਆ ਵਾ। ਮੈਂ ਇਹਦੇ ਲਈ ਮੋਹਸਨ ਸਾਈ ਸਾਹਿਬ ਨੂੰ, ਬਲਾਲ ਪੱਟੀ ਸਾਹਿਬ ਨੂੰ ਔਰ ਪੂਰੀ ਇੰਤਜ਼ਾਮੀਆਂ ਨੂੰ ਖਰਾਜੇ ਤਸੀਨ ਪੇਸ਼ ਕਰਦਾ ਵਾਂ। ਔਰ ਇਸ ਤਰ੍ਹਾਂ ਦੇ ਇਵੈਂਟ ਫੁੱਟਬਾਲ, ਕ੍ਰਿਕਟ ਔਰ ਹਰ ਤਰ੍ਹਾਂ ਦੇ ਇਵੈਂਟ ਜਿਹੜੇ ਆਲ ਪਾਕਿਸਤਾਨ ਲੈਵਲ ਤੇ ਨੇ ਉਹ ਸਾਡੇ ਸ਼ਾਹਕੋਟ 'ਚ ਹੋਣੇ ਚਾਹੀਦੇ ਵਾ। ਔਰ ਇਹ ਸ਼ਾਹਕੋਟ ਵਾਸਤੇ ਬੜੇ ਇਜ਼ਾਜ਼ ਦੀ ਗੱਲ ਹੈ। ਮੀਆਂ ਸਾਹਿਬ, ਇਹ ਟੂਰਨਾਮੈਂਟ ਜਿਹੜਾ ਛੱਟਾ ਟੂਰਨਾਮੈਂਟ ਸ਼ਾਹਕੋਟ ਦੀ ਸਰਜ਼ਮੀਨ 'ਚ ਹੋ ਰਿਹਾ ਹੈ, ਤੁਸੀਂ ਸਮਝੋ ਗਰਾਊਂਡਾਂ ਦਾ ਸ਼ਾਹਕੋਟ ਦੇ ਵਿੱਚ ਫੁਕਦਾਨ ਹੈ। ਹਮੇਸ਼ਾ ਗਰਾਊਂਡਾਂ ਦੀ ਕਮੀ ਦੀ ਵਜ੍ਹਾ ਤੋਂ ਸ਼ਾਹਕੋਟ 'ਚ ਟੂਰਨਾਮੈਂਟ ਨਹੀਂ ਹੋ ਸਕੇ, ਤੁਸੀਂ ਇਸ ਵਾਸਤੇ ਕੋਈ ਹਕੂਮਤ ਵਕਤ ਨੂੰ ਪੈਗਾਮ ਦੇਣਾ ਚਾਹੋ? ਮੈਂ ਇਹ ਸਮਝਦਾ ਵਾਂ ਕਿ ਸ਼ਾਹਕੋਟ 'ਚ ਗਰਾਊਂਡ ਦਾ ਫੁਕਦਾਨ ਕੰਮ ਹੈ, ਲੇਕਿਨ ਜਿਹੜੇ ਗਰਾਊਂਡ ਹੈ ਬਸ ਇਹਨਾਂ ਨੂੰ ਆਬਾਦ ਕਰੀਏ। ਇਹਨਾਂ ਦੇ ਜਿਹੜੇ ਵੀ ਕੋਈ ਕੰਮ ਕਰਵਾਉਣ ਵਾਲੇ ਨੇ ਗਰਾਊਂਡਾਂ ਦੇ ਕੰਮ ਕਰਵਾ ਕੇ ਇੱਥੇ ਅੱਛਾ ਗਰਾਸੀ ਪਲਾਟ ਤਿਆਰ ਕੀਤਾ ਜਾਣ ਤਾਂ ਕਿ ਸਾਡੇ ਬੱਚਿਆਂ ਨੂੰ ਇੱਥੇ ਖੇਡਣ ਦਾ ਪੂਰਾ ਮੌਕਾ ਫਰਾਹਮ ਹੋਣਾ ਚਾਹੀਦਾ ਵਾ। ਔਰ ਜਿਹੜੇ ਗਰਾਊਂਡ ਸਾਡੇ ਕੋਲ ਅਵੇਲੇਬਲ ਨੇ ਪਹਿਲੇ ਅਸੀਂ ਇਹਨਾਂ ਨੂੰ ਠੀਕ ਕਰੀਏ, ਇਹਨਾਂ ਨੂੰ ਆਬਾਦ ਕਰੀਏ, ਇਸ ਤੋਂ ਬਾਅਦ ਅਸੀਂ ਹਕੂਮਤ ਪਾਕਿਸਤਾਨ ਨੂੰ ਅਗਲਾ ਆਪਣਾ ਮੁਤਾਲਬਾ ਵੀ ਕਰੀਏ। ਮੈਂ ਸਭ ਆਖਰੀ ਸਵਾਲ, ਜਿਹੜੇ ਕਬੱਡੀ ਦੇਖਣਾ ਇਹ ਤਮਾਸ਼ਾ ਹੀ ਨੇ ਤੇ ਮੇਜ਼ਬਾਨ ਤੇ ਮਹਿਮਾਨ ਖੁਸ਼ੀਆਂ ਵਾਸਤੇ ਵੀ ਗੱਲ ਕਰਨਾ ਚਾਹੋ? ਜਿਹਨੇ ਵੀ ਦੋਸਤ ਆਏ ਨੇ ਪੂਰੇ ਜ਼ਿਲ੍ਹੇ ਚੋਂ, ਬਲਕਿ ਆਲ ਪਾਕਿਸਤਾਨ ਚੋਂ ਦੋਸਤ ਆਏ ਨੇ, ਮੈਂ ਦੇਖਦਾ ਪਿਆ ਸੀਗਾ ਇੰਟਰਨੈਸ਼ਨਲ ਪਲੇਅਰ ਆਏ ਨੇ, ਉਹਨਾਂ ਸਾਰਿਆਂ ਨੂੰ ਸ਼ਾਹਕੋਟ ਆਉਣ ਤੇ ਵੈਲਕਮ ਕਰਦੇ ਵਾਂ। ਔਰ ਅਸੀਂ ਉਹਨਾਂ ਨੂੰ ਖਰਾਜੇ ਤਸੀਨ ਪੇਸ਼ ਕਰਦੇ ਵਾਂ ਕਿ ਉਹਨਾਂ ਨੇ ਸ਼ਾਹਕੋਟ ਨੂੰ ਇਹ ਇਜ਼ਾਜ਼ ਦਿੱਤਾ ਕਿ ਇੱਥੇ ਆਲ ਪਾਕਿਸਤਾਨ ਟੂਰਨਾਮੈਂਟ ਹੋਇਆ ਵਾ, ਤੇ ਅੱਲਾਹ ਤਾਲਾ ਇਹਨਾਂ ਸਾਰਿਆਂ ਦਾ ਹਾਮੀ ਨਾਸਰ ਹੋਵੇ ਜੀ। ਜੀ, ਸਾਡੇ ਨਾਲ ਮੌਜੂਦ ਸੀ ਤਹਿਸੀਲ ਸਦਰ ਯੂਥ ਵਿੰਗ ਤਹਿਰੀਕ ਇਨਸਾਫ ਮੀਆਂ ਉਸਮਾਨ ਸਰਵਰ। ਇਹਨਾਂ ਦਾ ਇਹ ਕਹਿਣਾ ਸੀ ਕਿ ਗਰਾਊਂਡ ਜਿਹੜੇ ਨੇ ਉਹ ਆਬਾਦ ਹੋਣਗੇ ਤੇ ਹਸਪਤਾਲ ਵਿਰਾਨ ਹੋਣਗੇ। ਜਿਹੜੇ ਗਰਾਊਂਡ ਸ਼ਾਹਕੋਟ ਦੇ ਵਿੱਚ ਮੌਜੂਦ ਨੇ ਇਹਨਾਂ ਨੂੰ ਆਬਾਦ ਕਰਨ ਵਾਸਤੇ ਇੰਤਜ਼ਾਮੀਆਂ ਨੂੰ ਐਕਟਿਵ ਹੋਣਾ ਚਾਹੀਦਾ ਹੈ ਜੀ।